जवाब राउंड जजस वाल सवाल पूछे जाएंगे ते मेरी पैना उन्हों का उस तरीके नाल जवाब देन ते विशिंग यू ऑल द बेस्ट ते उन्हां दे विचों ही मिसेस पंजाबन रनर अप्स कड्डे जाएंगे। एक बारी दुवार तो फिर मैं बोल देवा नंबर तीन, नंबर तीन कमल संधु। ओके जी, सुरिंदर तालीवाल नंबर चार, ज्योति नंबर छे, हाथ उते लंबी बांह करके, राज सिद्धू नंबर सात, दलजीत कौर नंबर आठ लंबी बांह, बिंदर रंधावा नंबर दस बल्ले, जसविंदर बैंस गुड, सुखविंदर मान नंबर तेरह। सारे कंटेस्टेंट अपने को पहुंच चुके जी, जजेस अपने एक स्लिप चकनगे तोड़े नाम दी ते दी विच जो भी सवाल होगा आपा उसका जवाब तोड़े तो एक्सपेक्ट करांगे ते मैं माइक उत्थे लेके आ रही हूँ ते शुरुआत करा फिर सज्जे पास्यों कमल संधु। ਸ਼ੌਕਣ ਹੁੰਦੀ ਹੈ ਜਿਹਨੂੰ ਸ਼ੌਕ ਹੋਵੇ ਗਿੱਧਿਆਂ ਦਾ ਤੀਆਂ ਦੇ ਮੇਲੇ ਤੇ ਜਾਣ ਦਾ ਜਿਵੇਂ ਕਿ ਮੈਂ ਇੱਕ ਸ਼ੌਕਣ ਆ ਤੇ ਸ਼ੌਕਣ ਹੁੰਦੀ ਆ ਜਿਹੜੀ ਤੁਹਾਡੇ ਹਸਬੈਂਡ ਦੀ ਸੈਕਿੰਡ ਵਾਈਫ ਹੋਵੇ ਜਾਂ ਉਹਦੀ ਗਰਲ ਫਰੈਂਡ ਹੋਵੇ ਇੱਥੇ ਕਾਮਨ ਵੀ ਹੈਗਾ ਵੈਸੇ ਇਹ ਆਈ ਥਿੰਕ ਜਜਸ ਸੈਕਿੰਡ ਕੰਟੈਸਟੈਂਟ ਸੁਰਿੰਦਰ ਤਾਲੀਵਾਲ ਜੀ ਮੂਰੇ ਆ ਜਾਓ ਥੈਂਕ ਯੂ ਜੀ ਸੰਧਾਰਾ ਕਿਹਾ ਜਾਂਦਾ ਮੇਰੇ ਖਿਆਲ ਅਨੁਸਾਰ ਸਹੁਰਿਆਂ ਲਈ ਲੈ ਕੇ ਜਾਂਦੇ ਨੇ। ਥੈਂਕ ਯੂ ਜੀ। ਨੈਕਸਟ ਕੰਟੈਸਟੈਂਟ ਦਾ ਨਾਮ ਦੱਸ ਦਿਓ ਪਲੀਜ਼। ਜੋਤੀ ਬੋਟਾ ਕੀ ਹੁੰਦਾ ਹੈ? ਬੋਟਾ ਉਹ ਇੱਕ ਬਿੰਦੀ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਕਿ ਅਸੀਂ ਚਰਖਾ ਕਰਦੀਆਂ ਸੀ ਕੁੜੀਆਂ ਪੁਰਾਣੇ ਟਾਈਮ ਦੇ ਵਿੱਚ ਬੋਟੇ ਦੇ ਵਿੱਚ ਪੂਣੀਆਂ ਹੁੰਦੀਆਂ ਸੀ ਗਲੋਟੇ ਰੱਖਦੇ ਸੀ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ। ਧੰਨਵਾਦ ਜੀ ਰੱਖਣ ਵਾਸਤੇ ਬੋਟਾ ਹੁੰਦਾ। ਥੈਂਕ ਯੂ ਤੁਸੀਂ ਸਾਡੀ ਨੌਲੇਜ ਨੂੰ ਹੋਰ ਵਧਾਇਆ। ਹਾਂਜੀ ਰਾਜ ਬਹੁਤ ਸੋਹਣੇ ਲੱਗੇ ਤੁਸੀਂ ਵੀ। ਇੱਕ ਪੰਜਾਬਣ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਤੁਹਾਡੇ ਅਨੁਸਾਰ? ਇੱਕ ਜਸਟ ਵਨ ਇੱਕ ਗੁਣ ਦੱਸਣਾ ਜਿਹੜਾ ਮੋਸਟ ਇੰਪੋਰਟੈਂਟ ਹੁੰਦਾ ਹੈ ਤੁਹਾਡੇ ਅਕੋਰਡਿੰਗ ਕੀ ਹੋਣਾ ਚਾਹੀਦਾ ਇੱਕ ਪੰਜਾਬਣ ਦੇ ਵਿੱਚ? ਸੁਭਾਅ 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 ਲਾਈਕ ਸ਼ਾਂਤ ਸੁਭਾਅ ਹੋਣਾ ਚਾਹੀਦਾ ਸਾਰਿਆਂ ਦੀ ਰਿਸਪੈਕਟ ਕਰਨ ਵਾਲਾ ਤੇ ਪਹਿਰਾਵਾ ਪੰਜਾਬੀ ਮੈਂ ਪਾਇਆ ਹੀ ਹੋਇਆ ਹੈ। ਹਾਂਜੀ ਤੁਸੀਂ ਵੀ ਬਹੁਤ ਸੋਹਣੇ ਲੱਗਦੇ ਹੋ ਸੁੱਗੀ ਫੁੱਲ ਬਹੁਤ ਸੋਹਣੇ ਲੱਗਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ। ਕੋਲੂ ਕੀ ਹੁੰਦਾ ਹੈ? ਕੋਲੂ ਕੋਲੂ ਦੀ ਇੱਕ ਸਾਹਿਬ ਦੀ ਮਸ਼ੀਨ ਹੁੰਦੀ ਹੈ ਜਿਹਦੇ ਵਿੱਚ ਆਪਾਂ ਕਈ ਤਰ੍ਹਾਂ ਦੇ ਮਿੱਟੀਆਂ ਪਾ ਕੇ ਉਹਨੂੰ ਪੀਨੇ ਆ ਤੇ ਉਹਦੇ ਵਿੱਚ ਤੇਲ ਲਿੱਤਾ। ਵੈਰੀ ਗੁੱਡ ਥੈਂਕ ਯੂ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਹੁਤ ਇੰਜੋਏ ਕੀਤਾ ਹੈ ਨਾ ਮੇਲੇ ਨੂੰ? ਥੈਂਕ ਯੂ ਜੀ। ਹਾਂਜੀ ਬਹੁਤ ਇੰਜੋਏ ਕੀਤਾ। ਤੁਹਾਡਾ ਕੁਐਸਚਨ ਹੈਗਾ ਸੁਪਰ ਕਿਸ ਨੂੰ ਕਹਿੰਦੇ ਹਨ? ਹਾਂਜੀ ਦੁਬਾਰਾ ਬੋਲੂਗੇ ਪਲੀਜ਼। ਸੁਪਰ ਕਿਸ ਨੂੰ ਕਹਿੰਦੇ ਹਨ? ਸੁਪਰ ਉਹ ਸੁਪਰ ਵਿਆਹ ਦੇ ਮੌਕੇ ਕੁੜੀ ਨੂੰ ਦਿੱਤਾ ਜਾਂਦਾ ਜਿਹੜਾ ਸੁਪਰ ਹੁੰਦਾ ਲਾਈਕ ਮੁੰਡੇ ਦੀ ਮੰਮੀ ਵੀ ਪਹਿਨ ਲੈਂਦੀ ਆ ਤੇ ਜਿਹੜੀ ਕੁੜੀ ਦਾ ਵਿਆਹ ਹੁੰਦਾ ਸੁਪਰ ਉਹ ਵੀ ਪਹਿਨ ਲੈਂਦੀ ਆ। ਕੀ ਹੁੰਦਾ ਬੇਸਿਕਲੀ? ਦੁਪੱਟੇ ਵਾਂਗੂ ਦੁਪੱਟਾ ਕਾਇੰਡ ਹੁੰਦਾ ਸੁਪਰ ਲਾਈਕ ਫੁਲਕਾਰੀ ਵਾਂਗੂ ਬਾਗ ਵਾਂਗੂ ਕਈ ਲੋਕੀ ਫੁਲਕਾਰੀ ਕਹਿੰਦੇ ਕੋਈ ਡੋਰੀਆ ਕਹਿੰਦੇ ਕੋਈ ਸੁਪਰ ਕਹਿੰਦੇ ਆ।
ਸੋ ਮੇਰੇ ਹਿਸਾਬ ਨਾਲ ਇਹੀ ਆ ਜੀ, ਬਾਕੀ ਤੁਹਾਨੂੰ ਜ਼ਿਆਦਾ ਪਤਾ। ਥੈਂਕ ਯੂ ਜੀ। ਨੈਕਸਟ ਕੰਟੈਸਟੈਂਟਸ ਪਲੀਜ਼। ਜਸਵਿੰਦਰ, ਹਾਂਜੀ ਤੁਸੀਂ ਵੀ ਬਹੁਤ ਸੋਹਣੇ ਲੱਗਦੇ ਹੋ। ਥੈਂਕ ਯੂ ਜੀ। ਹਾਂਜੀ, ਗੁਹਾਰਾ ਤੇ ਕੁੱਪ ਦੇ ਵਿੱਚ ਫਰਕ ਦੱਸੋ। ਗੁਹਾਰਾ ਮੈਨੂੰ ਲੱਗਦਾ ਜਿਹੜਾ ਪਾਥੀਆਂ ਦਾ ਪਾਥੀਆਂ ਹੁੰਦੀਆਂ ਜਿਹੜੀਆਂ, ਤੇ ਕੁੱਪ ਜਿਹੜੀ ਕਣਕ ਜਦੋਂ ਕੱਟ ਕੇ ਉਹਦਾ ਬਰਾਦਾ ਜਿਹਾ ਬਣਾ ਦਿੰਦੇ ਆ, ਉਹ ਬੰਨ ਦਿੰਦੇ ਆ, ਉਹ ਕੁੱਪ ਹੁੰਦਾ ਆ। ਕੁੱਪ ਹੁੰਦੇ, ਬਿਲਕੁਲ ਠੀਕ ਹੈ। ਬਹੁਤ ਖੂਬ। ਜੱਜਸ, ਨੈਕਸਟ ਕੰਟੈਸਟੈਂਟ। ਹਾਂਜੀ ਸੁਖਵਿੰਦਰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੁਐਸਚਨ ਹੈਗਾ, ਅੰਮ੍ਰਿਤ ਵੇਲਾ ਕਿਸ ਨੂੰ ਕਿਹਾ ਜਾਂਦਾ ਹੈ? ਸਵੇਰ ਦੇ ਪਹਿਲੇ ਪੈਰ ਨੂੰ, ਤੜਕੇ ਦੇ ਪਹਿਲੇ ਪੈਰ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਠੀਕ ਹੈ, ਥੈਂਕ ਯੂ। ਆਈ ਥਿੰਕ ਆਪਾਂ ਸਾਰੇ ਕੰਟੈਸਟੈਂਟ ਕਵਰ ਕਰ ਲਏ। ਹਾਂਜੀ, ਆਪਾਂ ਹੁਣ ਥੋੜਾ ਜਿਹਾ ਜੱਜਸ ਨੂੰ ਵਕਤ ਦੇ ਦਈਏ ਤਾਂ ਕਿ ਉਹ ਆਪਣਾ ਅਖੀਰਲੀ ਫੈਸਲਾ ਆਪਣੇ ਸਾਹਮਣੇ ਲੈ ਆਉਣ, ਤੇ ਆਪਾਂ ਓਨੀ ਦੇਰ ਕੁਛ ਮੋਮੈਂਟਸ ਇੰਜੋਏ ਕਰ ਲਈਏ।